ਪੰਜਾਬ ਵਿੱਚ ਪੋਸਟ ਦੀ ਖੇਤੀ ਕਰਨ ਦਾ ਵਿਚਾਰ ਰੱਖਦੀ ਹੈ? ਜੇਕਰ ਰੱਖਦੀ ਹੈ ਤੇ ਕਦੋਂ ਤੱਕ? ਪੰਜਾਬ ਦੇ ਵਿੱਚ ਅਫੀਮ ਦੇ ਠੇਕੇ ਹੁੰਦੇ ਸੀ, ਪਤਾ ਕਰਕੇ ਦੱਸਿਓ ਵੀ ਬੰਦ ਕਿਉਂ ਕੀਤੇ ਗਏ ਸੀ, ਕਿਹੜੇ ਕਾਰਨ? ਮੈਂ ਵੀ ਉਸ ਉਮਰ ਵੱਲ ਚੱਲਿਆ ਜਾ ਰਿਹਾ ਜਿੱਥੇ ਸ਼ਾਇਦ ਲੋੜ ਪੈ ਜਾਂਦੀ ਹੈ। ਇਹਨਾਂ ਦਾ ਵੀ ਜੀ ਕਰਦਾ ਗੱਲਾਂ ਕਰਨ ਨੂੰ, ਪਰ ਡਰਦੇ ਸਾਰੇ ਆ ਵੀ ਇਹ ਮੇਰੇ ਤੇ ਤਵਾ ਲੱਗੂਗਾ। ਅਜੇ ਤਜਵੀਜ਼ ਤੇ ਠੇਕੇ ਜ਼ਰੂਰ ਖੋਲੇ ਜਾਣ ਤਾਂ ਕਿ ਜਿਹੜੀ ਸਾਡੀ ਉਹ ਜਵਾਨੀ ਆ ਉਹ ਸਿੰਥੈਟਿਕ ਨਸ਼ਿਆਂ ਤੋਂ ਬਚ ਸਕੇ। ਕੀ ਖੇਤੀਬਾੜੀ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਸਰਕਾਰ ਸਿੰਥੈਟਿਕ ਡਰੱਗਸ ਨੂੰ ਠੱਲ ਪਾਉਣ ਲਈ ਪੰਜਾਬ ਵਿੱਚ ਪੋਸਟ ਦੀ ਖੇਤੀ ਕਰਨ ਵਿੱਚ ਕਰਨ ਦਾ ਵਿਚਾਰ ਰੱਖਦੀ ਹੈ? ਜੇਕਰ ਰੱਖਦੀ ਹੈ ਤੇ ਕਦੋਂ ਤੱਕ? ਵਾਹ ਬਈ ਵਾਹ, ਸਰਦਾਰ ਹਰਮੀਤ ਸਿੰਘ ਖੁੱਡੀਆਂ ਅੱਡਾ ਆਪਣਾ ਗੁਰਮੀਤ ਸਿੰਘ ਖੁੱਡੀਆਂ ਜੀ ਖੇਤੀਬਾੜੀ ਮੰਤਰੀ ਜਵਾਬ ਦੇਣਗੇ। ਧੰਨਵਾਦ ਮਾਨਯੋਗ ਸਪੀਕਰ ਸਾਹਿਬ। ਅੱਛਾ ਮੈਨੂੰ ਇੱਕ ਗੱਲ ਦੱਸਿਓ, ਇੱਕ ਮੈਂ ਤੁਹਾਨੂੰ ਇੰਟਰਪਟ ਕਰਦਾ, ਇਹ ਪਹਿਲਾਂ ਪੰਜਾਬ ਦੇ ਵਿੱਚ ਅਫੀਮ ਦੇ ਠੇਕੇ ਹੁੰਦੇ ਸੀ, ਇਹ ਪਤਾ ਕਰਕੇ ਦੱਸਿਓ ਜਾਂ ਕੱਲ੍ਹ ਨੂੰ ਦੱਸ ਦਿਓ ਟਾਈਮ ਮਿਲਿਆ ਤੁਹਾਨੂੰ ਜਾਂ ਬਾਅਦ 'ਚ ਮੈਨੂੰ ਕਨਵੇ ਕਰ ਦਿਓ ਵੀ ਇਹ ਬੰਦ ਕਿਉਂ ਕੀਤੇ ਗਏ ਸੀ, ਕਿਹੜੇ ਕਾਰਨ ਰਾਹੀਂ ਕੀਤੇ ਗਏ ਸੀ? ਜੀ ਕੰਟੀਨਿਊ ਕਰੋ ਜੀ। ਮਾਨਯੋਗ ਸਪੀਕਰ ਸਾਹਿਬ, ਮਾਨਯੋਗ ਮੈਂਬਰ ਸਾਹਿਬ ਨੇ ਇੱਕ ਸਵਾਲ ਕੀਤਾ ਸੀ ਜਿਹਦੇ ਨਾਲ ਮੇਰਾ ਖਿਆਲ ਸਾਰਿਆਂ ਦੇ ਚਿਹਰੇ ਖਿੜ ਗਏ ਹੈ। ਮੈਂ ਵੀ ਉਸ ਉਮਰ ਵੱਲ ਚੱਲਿਆ ਜਾ ਰਿਹਾ ਜਿੱਥੇ ਸ਼ਾਇਦ ਲੋੜ ਪੈ ਜਾਂਦੀ ਹੈ। ਤੇ ਵੈਸੇ ਸਵਾਲ ਮੁਤਾਬਕ ਜਿਹੜਾ ਇਹਦਾ ਜਵਾਬ ਆ ਜੀ ਕਿ ਸਰਕਾਰ ਕੋਲ ਅਜੇ ਇਹੋ ਜਿਹੀ ਕੋਈ ਇਰਾਦਾ ਨਹੀਂ ਰੱਖਦੀ ਕਿ ਕਿਉਂਕਿ ਇਹ ਵੀ ਇੱਕ ਨਸ਼ਾ ਹੈ, ਇਸ ਲਈ ਸਰਕਾਰ ਦਾ ਕੋਈ ਇਰਾਦਾ ਨਹੀਂ। ਠੀਕ ਹੈ, ਥੈਂਕ ਯੂ ਹਰਮੀਤ ਜੀ। ਮੈਂ ਮੰਤਰੀ ਸਾਹਿਬ ਨੂੰ ਦੱਸਣਾ ਚਾਹੁੰਦਾ, IVF ਸੈਂਟਰ ਇਸੇ ਡਰੱਗਸ ਨਸ਼ੇ ਕਰਕੇ ਸਬੈਕ ਗੋਲੀਆਂ ਜਿਹੜੇ ਇਹ ਨਸ਼ੇ ਆ ਇਹਨਾਂ ਨੇ ਪੰਜਾਬ ਦੀ ਜਵਾਨੀ ਖਤਮ ਕਰਤੀ। 2007 ਤੋਂ ਪਹਿਲਾਂ ਵੀ ਥੋੜ੍ਹਾ ਜਿਹਾ ਇਹ ਆਉਣਾ ਸ਼ੁਰੂ ਹੋਇਆ ਪੰਜਾਬ 'ਚ, ਅੱਜ ਆਹ ਹਾਲਾਤ ਹੋ ਗਿਆ ਵੀ ਸਾਨੂੰ ਇਹ ਜਿਹੜੇ ਸੈਂਟਰ 136 ਸੈਂਟਰ ਖੁੱਲ੍ਹ ਗਏ ਪੰਜਾਬ ਦੇ ਵਿੱਚ। ਇਹਦਾ ਇੱਕੋ ਕਾਰਨ ਆ, ਜਿਹੜੇ ਪਹਿਲਾਂ ਨਸ਼ਾ ਕਰਦੇ ਸੀ ਲੋਕ ਪੁਰਾਣੇ, ਉਹ ਆਪਣਾ ਘਰੇਲੂ ਕੰਮ ਵੀ ਕਰਦੇ ਸੀ, ਖੇਤੀਆਂ ਵੀ ਕਰਦੇ ਸੀ। ਅੱਜ ਉਹਨਾਂ ਦੇ ਪਿੱਛੇ ਕੋਈ ਵੀ ਬੰਦਾ ਇੱਕ ਨਹੀਂ ਕਹਿ ਸਕਦਾ ਵੀ ਮੇਰਾ ਬੰਦਾ ਭੁੱਕੀ ਖਾ ਕੇ ਮਰ ਗਿਆ ਜਾਂ ਫੀਮ ਖਾ ਕੇ ਮਰ ਗਿਆ। ਅੱਜ ਮੈਂ ਪਿੱਛੇ ਨਾ ਜ਼ਿਆਦਾ ਜਾਂਦਾ ਹੋਇਆ 2020 ਤੋਂ ਲੈ ਕੇ 31 ਮਾਰਚ 2023 ਤੱਕ 266 ਮੌਤਾਂ ਹੋਈਆਂ ਇਸ ਨਸ਼ੇ ਨਾਲ। ਉਦੋਂ ਬਾਅਦ 1 ਮਾਰਚ ਤੋਂ ਲੈ ਕੇ ਇਸ ਮਾਰਚ ਤੱਕ 159 ਮੌਤਾਂ ਹੋ ਗਈਆਂ। ਇਹ ਜਿਹੜੇ ਬਾਹਰਲੇ ਮੁਲਕ ਆ ਉਹ ਆਪਣੇ ਤੋਂ ਮੇਰਾ ਖਿਆਲ ਹੈ ਵੀ ਜ਼ਿਆਦਾ ਤੇਜ਼ ਆ, ਉਹਨਾਂ 'ਚ ਲੀਗਲ ਆ। ਅਤੇ ਆਪਾਂ ਨੂੰ ਆਪਣੇ ਪੰਜਾਬ ਦੀ ਜਵਾਨੀ ਬਚਾਉਣ ਵਾਸਤੇ ਜਾਂ ਅੱਜ ਜੋ ਨਸ਼ਿਆਂ ਦੇ ਵਿੱਚ ਸਾਰਾ ਮੁਲਕ ਸਮੈਕਾਂ ਦੇ ਵਿੱਚ ਤੁਰ ਪਿਆ, ਹਰ ਇੱਕ ਬੰਦੇ ਦਾ ਜ਼ੋਰ ਲੱਗਾ, ਗੋਲੀਆਂ ਆ ਰਹੀਆਂ, ਆਹ ਜਿਹੜੇ ਸੈਂਟਰ ਖੁੱਲ੍ਹ ਗਏ ਆ, ਇਹ ਆਉਣ ਵਾਲੀ ਜਿਹੜੀ ਜਵਾਨੀ ਉਹ ਬਿਲਕੁਲ ਖਤਮ ਹੋ ਜੂਗੀ। ਇਹ ਜਿਹੜਾ ਨਸ਼ਾ ਆ ਇਹ ਕੁਦਰਤੀ ਨਸ਼ਾ ਆ, ਜਿਹੜਾ ਪੋਸਟ ਆ ਇਹ ਖੇਤੀ ਆ, ਰਾਜਸਥਾਨ 'ਚ ਹੋ ਰਹੀ ਆ, ਇਹ MP 'ਚ ਹੋ ਰਹੀ ਆ, ਮੱਧ ਪ੍ਰਦੇਸ਼ ਹਰ ਇੱਕ ਥਾਂ ਹੋ ਰਹੀ ਹੈ।
ਤੇ ਇਹਦੇ 'ਚ ਆਪਣਾ ਇੱਕ ਤਾਂ ਪੰਜਾਬ ਦਾ ਰੈਵੀਨਿਊ ਵਧੂਗਾ, ਉਹਦੇ 'ਚ ਤਰਾਜ ਨਹੀਂ ਵੈਸੇ ਚਾਹੀਦਾ ਹਿਮਾਚਲ ਉਹਨੂੰ ਸ਼ੁਰੂ ਕਰਨ ਵਾਲਾ, ਬਾਹਰਲਿਆਂ ਮੁਲਕਾਂ 'ਚ ਬਹੁਤ 'ਚ ਇਹ ਹੋ ਚੁੱਕਾ, ਇਹ ਸਾਰੇ ਭਾਵਾਂ ਵਿਰੋਧੀ ਤੇ ਰਿਹਾ, ਇਹਨਾਂ ਦਾ ਵੀ ਜੀ ਕਰਦਾ ਗੱਲਾਂ ਕਰਨ ਨੂੰ ਪਰ ਡਰਦੇ ਸਾਰੇ ਆ ਵੀ ਇਹ ਮੇਰੇ 'ਤੇ ਤਵਾ ਲੱਗੂਗਾ। ਅੰਦਰੂਨੀ ਸਾਰੇ ਖੁਸ਼ ਆ, ਅੰਦਰੋਂ ਜਿੰਨੇ ਵੀ ਚਾਹੇ ਅਫਸਰ ਬੈਠੇ ਆ ਸਾਰੇ ਕੋਈ ਨਾ ਕੋਈ ਮਾੜਾ ਮੋਟਾ ਇਸ ਚੀਜ਼ ਵੱਲ ਧਿਆਨ ਰੱਖਣ, ਅਤੇ ਇਹਦੇ ਵੱਲ ਜ਼ਰੂਰ ਬਾਹਰਲਿਆਂ ਮੁਲਕਾਂ ਦੇ ਵਿੱਚ ਜੇ ਨਹੀਂ ਅਜੇ ਤਜਵੀਜ਼ ਤਾਂ ਠੇਕੇ ਜ਼ਰੂਰ ਖੋਲ੍ਹੇ ਜਾਣ ਤਾਂ ਕਿ ਜਿਹੜੀ ਸਾਡੀ ਉਹ ਜਵਾਨੀ ਆ ਉਹ ਸਿੰਥੈਟਿਕ ਨਸ਼ਿਆਂ ਤੋਂ ਬਚ ਸਕੇ। ਥੈਂਕ ਯੂ। ਨਹੀਂ ਫੀਮ ਕੀ ਖੇਤੀ ਨਹੀਂ ਬੋਲਾ, ਉਹਨਾਂ ਨੂੰ ਬੋਲਾ ਪੋਸਟ ਕੀ ਖੇਤੀ ਹੋਣੀ ਚਾਹੀਏ। ਫੀਮ ਅਲੱਗ ਚੀਜ਼ ਹੈ, ਪੋਸਟ ਅਲੱਗ ਚੀਜ਼ ਹੈ। ਪੋਸਟ ਕੀ ਬਜਾਈ ਆ ਜੋ ਹਮਾਰੇ ਸਾਥ ਮੇ ਬੋਡਲੀ ਲੱਗੀ ਹੋਈ ਆ, ਰਾਜਸਥਾਨ ਹੈ, ਐਮ ਪੀ ਆ, ਵਹਾਂ ਪੇ ਵੀ ਹੋ ਰਹੀ ਹੈ, ਵਹਾਂ ਵੀ ਹੋ ਰਹੀ ਹੈ। ਅਗਰ ਪੰਜਾਬ ਮੇ ਹੋਤੀ ਹੈ ਤੋ ਮੇਰੇ ਖਿਆਲ ਮੇ ਕਹੀਂ ਨਾ ਕਹੀਂ ਪੇ ਕਿਸਾਨੋਂ ਕੋ ਉਸਸੇ ਬਲ ਮਿਲੇਗਾ, ਉਨਕੋ ਤਾਕਤ ਮਿਲੇਗੀ, ਫਾਈਨੈਂਸ਼ਲੀ ਉਨਕੋ ਸਪੋਰਟ ਮਿਲੇਗੀ। ਤੋ ਉਹਨੇ ਹਰਮੀਤ ਪਠਾਨ ਮਾਜਰਾ ਨਹੀਂ, ਉਹਨੇ ਆਪਣੀ ਤਰਫ ਸੇ ਨਹੀਂ ਇਹ ਬਾਤ ਕੀ, ਉਨਕੋ ਜੋ ਗਾਓ ਕੇ ਲੋਕ ਜੋ ਲੋਕ ਬੋਲ ਰਹੇ ਉਸਕੀ ਵਜ੍ਹਾ ਸੇ ਉਹਨਾਂ ਨੂੰ। ਹਮਾਰੇ ਐਮ ਐਲ ਏ ਸਾਹਿਬ ਹੈ ਕੁਲਵੰਤ ਬਾਜੀਗਰ ਜੀ, ਇਨਕੋ ਵੀ ਇਨਕੇ ਪਾਸ ਵੀ ਲੋਕ ਕਿਤਨੇ ਆਤੇ ਹੈ ਕਿ ਇਹ ਕੰਮ ਹੋਣਾ ਚਾਹੀਏ। ਐਮ ਐਲ ਏ ਸਾਹਿਬ ਬਤਾਓ ਆਪ ਕਿਤਨੇ ਲੋਕ ਆਤੇ ਹੈ ਆਪਣੇ ਪਾਸ, ਕਾਰਨ ਹੈ। ਇਸ ਲਈ ਹਮ ਕੋਈ ਆਪਣੀ ਤਰਫ ਸੇ ਕੋਈ ਆਵਾਜ਼ ਨਹੀਂ ਰੱਖਤੇ, ਹਮੇ ਜੋ ਲੋਕ ਕਹਤੇ ਹੈ ਉਹ ਬਾਤ ਯਹਾਂ ਪੇ ਪਠਾਨ ਮਹਾਰਾਜ ਸਾਹਿਬ ਹਮਾਰੇ ਐਮ ਐਲ ਏ ਕੁਲਵੰਤ ਬਾਜੀਗਰ ਜੀ ਨੇ ਯਹਾਂ ਪੇ ਰੱਖੀ ਹੈ। ਸੋ ਕੇਂਦਰ ਸਰਕਾਰ ਉਸ ਪੇ ਧਿਆਨ ਦੇਣਾ ਬਣਤਾ ਹੈ, ਕਿਉਂਕਿ ਅਗਰ ਹਮ ਸਿੰਥੈਟਿਕ ਡਰੱਗ ਸੇ ਛੁਟਕਾਰਾ ਪਾਉਣਾ ਚਾਹਤੇ ਹੈ ਤੋ ਜੋ ਰਵਾਇਤੀ ਨਸ਼ੇ ਤੇ ਹਮ ਹਮਾਰੇ ਪਹਿਲੇ ਜੋ ਪੋਸਟ ਥੀ ਜਾਂ ਜੇ ਫੀਮ ਹੈ ਉਸਕੇ ਲਈ ਤੋ ਕੋਈ ਨਸ਼ਾ ਖਾ ਕੇ ਉਹ ਫੀਮ ਖਾ ਕੇ ਜਾਂ ਭੁੱਖੀ ਖਾ ਕੇ ਕੋਈ ਡਕੈਤੀ ਵਗੈਰਾ ਨਹੀਂ ਕਰਦੇ, ਉਹ ਖਾਲੀ ਕੰਮ ਕਰਦੇ। ਬਾ ਵਜ੍ਹਾ ਨੇ ਵੀ ਜੋ ਸਿੰਥੈਟਿਕ ਨਸ਼ੇ ਹੈ, ਸਮੈਕ ਹੈ, ਚਾਹੇ ਗੋਲੀਆਂ ਹੈ, ਚਾਹੇ ਟੀਕੇ, ਇਨਸੇ ਛੁਟਕਾਰਾ ਪਾਣੇ ਕੇ ਲਈ ਇਸ ਨਸ਼ੇ ਕੀ ਜ਼ਰੂਰਤ ਹੈ। ਜੋ ਭੁੱਖੀ ਫੀਮ ਹੈ ਇਸ ਪੇ ਬੱਚੋਂ ਕੋ ਕਨਵਰਟ ਕਰ ਉਹ ਛੁਡਵਾਇਆ ਜਾ ਸਕਤਾ ਹੈ। ਜੋ ਸਿੰਥੈਟਿਕ ਨਸ਼ਾ ਹੈ ਉਹ ਜਾ ਨਹੀਂ ਲੇਤਾ, ਛੂਟਦਾ ਨਹੀਂ ਉਹ ਬੰਦ। ਇਹ ਗਿਆਨੀ ਜੈਲ ਸਿੰਘ ਕੇ ਟਾਈਮ ਹੁਆ ਥਾ ਬੰਦ, ਤੋ ਅਬ ਪਹਿਲੇ ਵੀ ਖੁੱਲ ਰਹਾ ਥਾ, ਅਭੀ ਖੁੱਲ ਸਕਦਾ। ਕਭੀ ਆਪਣੇ ਸੁਣਾ ਜ਼ਿੰਦਗੀ ਮੇ ਵੀ ਕੋਈ ਬੁੱਕੀ ਖਾ ਕੇ ਜਾਂ ਫੀਮ ਖਾ ਕੇ ਆਦਮੀ ਮਰਾ? ਆਪ ਰਾਜਸਥਾਨ ਜਾਏ, ਐਮ ਪੀ ਜਾਏ, ਵਹਾਂ ਠੇਕੇ ਹੈ, ਖੇਤੀ ਹੋ ਰਹੀ ਹੈ, ਵਹਾਂ ਕੋਈ ਨਸ਼ੀੜੀ ਨਹੀਂ ਹੈ, ਠੀਕ ਹੈ ਨੀ। ਜਿਸ ਚੀਜ਼ ਕੋ ਬੰਦ ਕਰੇਂਗੇ ਉਸ ਪੇ ਲੋਕ ਜ਼ਿਆਦਾ ਜਾਏਂਗੇ, ਜੇ ਉਹ ਖੁੱਲੀ ਹੋਗੀ ਉਸ ਪੇ ਕੋਈ ਗੌਰ ਵੀ ਨਹੀਂ ਕਰੇਗਾ। ਸੀ ਐਮ ਤੱਕ ਤੋਂ ਆਵਾਜ਼ ਜਾਏਗੀ, ਜੋ ਵਿਧਾਨ ਸਭਾ ਮੇ ਇਸ਼ੂ ਉੱਠੇ ਹੈ ਸੀ ਐਮ ਸਾਹਿਬ ਤੱਕ ਤੋਂ ਆਵਾਜ਼ ਜਾਏਗੀ। ਸਾਰਿਆਂ ਨੇ ਮੇਰਾ ਸਾਥ ਵੀ ਦਿਆ, 10 ਐਮ ਐਲ ਏ ਮੇਰੇ ਹੱਕ ਮੇ ਬੋਲੇ, ਸਭ ਨੇ ਮੇਜ ਥਪ ਥਪਾਇਆ ਔਰ ਲੋਕੋ ਨੇ ਕਿਹਾ ਵੀ ਆਪਣੇ ਅੱਛਾ ਮੁੱਦਾ ਉਠਾਇਆ, ਹਮ ਇਸਕਾ ਸਾਥ ਦੇਂਗੇ। ਕੇਂਦਰ ਸੇ ਸੀ ਐਮ ਸਾਹਿਬ ਹੀ ਲੇਂਗੇ, ਮੈਨੇ ਤੋ ਮੁੱਦਾ ਉਠਾਇਆ ਹੈ। ਹਰ ਇੱਕ ਜੋ ਯਹਾਂ ਕੁਸ਼ਚਨ ਉਠੇਗਾ ਉਸਕਾ ਕੁਸ਼ਚਨ ਕਾ ਜਵਾਬ ਤੋ ਫਿਰ ਸਰਕਾਰ ਦੇਤੀ ਹੈ ਨਾ, ਉਸਕਾ ਤੋ ਜੈਸਾ ਲੋਕੋ ਕਾ ਰਿਸਪੋਂਸ ਹੋਗਾ ਤੋ ਉਸਕੇ ਹਿਸਾਬ ਸੇ ਚਲਾਏਗਾ।